ਉਹ ਕਹਿੰਦੇ ਨੇ ਧਰਤੀ ਤੋਂ ਪੁਕਾਰ ਰੱਬ ਦੀ ਦਰਗਾਹ ਵਿੱਚ ਕਿਹਨਾਂ ਦੀ ਪਹੁੰਚੀ? ਜਿਨ੍ਹਾਂ ਦੀ ਰੱਬ ਨਾਲ ਸਾਂਝ ਬਣੀ ਹੋਈ ਸੀ, ਜਿਨ੍ਹਾਂ ਦੀ ਰੱਬ ਨਾਲ ਸੁਰਤ ਇੱਕਮਿੱਕ ਸੀ। ਇੱਕ ਗਰੀਬ ਘਰ ਵਿੱਚ ਬਹਿ ਕੇ ਕੱਪੜੇ ਬੁਣਦਾ, ਕੱਪੜਾ ਬੁਣਦਿਆਂ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਪਾਲ ਰਿਹਾ, ਆਪਣੇ ਦਸਾਂ ਨੋਹਾਂ ਦੀ ਕਿਰਤ ਕਰਦਾ, ਤੇ ਕਿਰਤ ਦੇ ਨਾਲ ਨਾਲ ਅਕਾਲ ਪੁਰਖ ਰੱਬ ਦਾ ਨਾਮ ਗੋਬਿੰਦ ਦਾ ਨਾਮ ਜਪਦਾ। ਤੇ ਜਾਤ ਅਭਿਮਾਨੀਆਂ ਨੇ ਜਾ ਕੇ ਰਾਜੇ ਨੂੰ ਸ਼ਿਕਾਇਤ ਕਰ ਦਿੱਤੀ, ਬਾਦਸ਼ਾਹ ਸਲਾਮਤ, ਤੇਰੇ ਰਾਜ ਵਿੱਚ ਸ਼ੂਦਰ ਜੁਲਾਹਾ ਨਾਮ ਜਪ ਰਿਹਾ, ਜੁਲਾਹਿਆਂ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ, ਜਾ ਤੇ ਉਸ ਜੁਲਾਹੇ ਦਾ ਵੱਧ ਕਰ ਕਤਲ ਕਰ, ਨਹੀਂ ਤੇ ਤੇਰੇ ਰਾਜ ਨੂੰ ਖਤਰਾ ਪੈਦਾ ਹੋ ਜਾਏਗਾ। ਸਿਕੰਦਰ ਲੋਧੀ ਨੇ ਬਾਬੇ ਕਬੀਰ ਨੂੰ ਕੈਦ ਕਰ ਲਿਆ, ਕਬੀਰ ਦਾ ਕੋਈ ਕਸੂਰ ਨਹੀਂ, ਉਹ ਦਸਾਂ ਨੋਹਾਂ ਦੀ ਕਿਰਤ ਕਰਕੇ ਕੱਪੜਾ ਬੁਣਦੇ ਨੇ, ਕੱਪੜਾ ਵੇਚ ਕੇ ਆਪਣੇ ਬੱਚੇ ਪਾਲ ਰਹੇ ਨੇ, ਕਿਰਤ ਤੋਂ ਬਾਅਦ ਰੱਬ ਦੀ ਕੀਰਤੀ ਕਰਦੇ ਨੇ, ਨਾਮ ਜਪਦੇ ਨੇ, ਉਹਨਾਂ ਕੋਲ ਰੱਬ ਦੇ ਪਿਆਰੇ ਸੰਤ ਆਉਣ ਲੱਗ ਪਏ। ਸਾਧ ਸੰਗਤ ਸਾਰੀ ਸਾਰੀ ਰਾਤ ਘਰ ਵਿੱਚ ਸਤਸੰਗ ਹੁੰਦਾ, ਆਂਢ ਗੁਆਂਢ ਵੇਖਣ ਵਾਲੇ ਲੋਕ ਜੈਲਸੀ ਕਰਨ ਲੱਗ ਪਏ, ਇਹ ਥੋੜ੍ਹਾ ਕੰਮ ਕਰਕੇ ਵੀ ਖੁਸ਼ ਕਿਵੇਂ ਹੈ, ਇਹਦੇ ਘਰ ਵਿੱਚ ਖੁਸ਼ੀਆਂ ਕਿਉਂ ਹਨ? ਅੱਜ ਵੀ ਸਾਧ ਸੰਗਤ ਨਜ਼ਰ ਮਾਰਿਓ ਸੰਸਾਰ ਵਿੱਚ, ਤੁਹਾਨੂੰ ਹਾਲਾਤ ਕਲਯੁਗ ਦੇ ਇਸ ਤਰ੍ਹਾਂ ਦੇ ਨਜ਼ਰ ਆਉਣਗੇ, ਬੰਦਾ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਗੁਆਂਢੀ ਦੇ ਸੁੱਖਾਂ ਤੋਂ ਦੁਖੀ ਹੋ ਰਿਹਾ। ਇਹਦੇ ਘਰ ਵਿੱਚ ਖੁਸ਼ੀ ਕਿਉਂ ਹੈ? ਇਹਦੇ ਘਰ ਵਿੱਚ ਹਾਸੇ ਦੀ ਆਵਾਜ਼ ਕਿਉਂ ਹੈ? ਇਹਦੇ ਘਰ ਵਿੱਚ ਇਹ ਲੜਦੇ ਕਿਉਂ ਨਹੀਂ? ਇਹਦੇ ਪੁੱਤ ਤੇ ਨੌਂ ਚੰਗੇ ਕਿਉਂ ਨਿਕਲ ਗਏ? ਕਿਸੇ ਦਾ ਪੁੱਤ ਨਸ਼ੇੜੀ ਹੋ ਜਾਏ ਉਹਨੂੰ ਇੰਨਾ ਦੁੱਖ ਨਹੀਂ, ਪਰ ਕਿਸੇ ਸ਼ਰੀਕੇ ਵਿੱਚ ਭੈਣ ਭਾਈ ਗੁਆਂਢੀਆਂ ਦਾ ਬੱਚਾ ਚੰਗਾ ਕਿਉਂ ਨਿਕਲ ਗਿਆ, ਉਹਦਾ ਜ਼ਿਆਦਾ ਦੁੱਖ ਹੈ, ਉਹ ਚੰਗਾ ਕਿਉਂ ਹੈ? ਜੇ ਸਾਡਾ ਬੱਚਾ ਨਸ਼ੇੜੀ, ਇਹ ਵੀ ਨਸ਼ੇੜੀ ਹੋਣ। ਸਾਧ ਸੰਗਤ, ਲੋਕ ਦੂਜਿਆਂ ਦੇ ਸੁੱਖਾਂ ਤੋਂ ਦੁਖੀ ਹੋ ਰਹੇ। ਬਾਬੇ ਕਬੀਰ ਦੇ ਘਰ ਦਾ ਸੁੱਖ ਨਾ ਵੇਖਿਆ ਗਿਆ, ਇਹਦੇ ਘਰ ਵਿੱਚ ਰੋਜ਼ ਸੰਤ ਉਤਰਦੇ ਨੇ, ਇਹਦੇ ਘਰ ਵਿੱਚ ਖੁਸ਼ੀ ਕਿਉਂ ਹੈ? ਸਾਧ ਸੰਗਤ, ਉਸ ਵਕਤ ਦਾ ਹਾਲਾਤ ਸਾਹਿਬ ਨੇ ਬਾਣੀ ਅੰਦਰ ਖੁਦ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ। ਮਾਂ ਕਹਿੰਦੀ ਹੈ, ਇੱਕ ਦੋ ਮੰਦਰ, ਇੱਕ ਦੋ ਬਾਠ, ਦੋ ਚਾਰ ਸੰਤ ਘਰ ਵਿੱਚ ਬੈਠੇ ਨੇ, ਦੋ ਅਜੇ ਰਸਤੇ ਵਿੱਚ ਤੁਰੇ ਆਉਂਦੇ, ਜਿਹੜੇ ਘਰ ਵਿੱਚ ਨੇ ਉਹ ਗਏ ਨਹੀਂ, ਜਿਹੜੇ ਰਾਹ ਵਿੱਚ ਆਉਂਦੇ ਉਹ ਦਰਵਾਜ਼ੇ ਵਿੱਚ ਆ ਕੇ ਕਹਿੰਦੇ ਨੇ ਕਬੀਰ ਸਾਹਿਬ ਘਰੇ ਹੀ ਨੇ, ਤੇ ਘਰ ਵਿੱਚ ਸੰਤ ਆ ਜਾਂਦੇ ਨੇ, ਘਰ ਦਾ ਆਟਾ ਭੋਜਨ ਪ੍ਰਸ਼ਾਦਾ ਕਬੀਰ ਉਹਨਾਂ ਨੂੰ ਛਕਾ ਦਿੰਦਾ, ਬਚਦੇ ਹੋਏ ਚੌਲ ਬੱਚਿਆਂ ਨੂੰ ਕਹਿੰਦਾ ਤੁਸੀਂ ਚੌਲ ਖਾ ਕੇ ਸਾਰ ਲਓ, ਸੰਤ ਆਏ ਨੇ ਉਹਨਾਂ ਨੂੰ ਪ੍ਰਸ਼ਾਦਾ ਛਕਾਓ। ਰਾਤ ਅਟਕਦੇ ਨੇ ਸੰਤ, ਉਹਨਾਂ ਵਾਸਤੇ ਮੰਜੇ ਬਿਸਤਰੇ ਡਾ ਦਿੰਦਾ, ਘਰਦਿਆਂ ਨੂੰ ਕਹਿੰਦਾ ਤੁਹਾਡਾ ਕੀ ਹੈ, ਥੱਲੇ ਸੌਂ ਲਓ, ਸਾਧੂਆਂ ਦੀ ਸੇਵਾ ਕਰੋ। ਸਾਧ ਸੰਗਤ, ਇੱਕ ਦੋ ਮੰਦਰ, ਇੱਕ ਦੋ ਬਾਟ, ਹਮ ਕੋ ਸਾਥਰ ਉਨ ਕੋ ਖਾਟ, ਮੁੰਡ ਪਲੋਸ ਕਮਰ ਬੰਦ ਪੋਥੀ, ਹਮ ਕੋ ਚਾਵਲ ਉਨ ਕੋ ਰੋਟੀ, ਮੁੰਡੀਆਂ ਮੁੰਡੀਆਂ ਹੋਈ ਏਕ, ਇਹ ਮੁੰਡੀਆਂ ਬੂਡਤ ਕੀ ਟੇਕ। ਸਭ ਕੁਝ ਹਾਲਾਤ ਬਿਆਨ ਕੀਤੇ ਕਿਸ ਤਰ੍ਹਾਂ ਭਗਤ ਕਬੀਰ ਸਾਹਿਬ ਦੇ ਘਰ ਵਿੱਚ ਸੰਤ ਆਉਂਦੇ, ਪਰ ਜਾਤ ਅਭਿਮਾਨੀਆਂ ਨੇ ਬਰਦਾਸ਼ਤ ਨਹੀਂ ਕੀਤੇ, ਜਾ ਕੇ ਕਿਹਾ ਸਿਕੰਦਰ ਲੋਧੀ, ਤੇਰੇ ਰਾਜ ਵਿੱਚ ਜੁਲਾਹਾ ਨਾਮ ਜਪਦਾ। ਭਗਤ ਕਬੀਰ ਸਾਹਿਬ ਨੂੰ ਪਕੜ ਲਿਆ ਗਿਆ, ਸੰਗਲਾਂ ਨਾਲ ਜੰਜੀਰਾਂ ਨਾਲ ਬੰਨ ਕੇ ਕਿਹਾ ਪਾਣੀ ਵਿੱਚ ਡੋਬ ਦਿਓ, ਜਾ ਤੇ ਮੇਰੇ ਕਹਿਣ ਦੇ ਮੁਤਾਬਕ ਮੇਰੇ ਧਰਮ ਦਾ ਨਾਮ ਜਪ, ਨਹੀਂ ਤੇ ਮੈਂ ਤੇਰਾ ਕਤਲ ਕਰ ਦਾਂਗਾ। ਸੰਗਲਾਂ ਨਾਲ ਬੰਨ ਕੇ ਬਾਬੇ ਕਬੀਰ ਨੂੰ ਪਾਣੀ ਵਿੱਚ ਡੋਬ ਦਿੱਤਾ। ਸਾਧ ਸੰਗਤ, ਰੱਬ ਆਪਣੇ ਭਗਤਾਂ ਦੀ ਲਾਜ ਰੱਖਦਾ, ਉਹ ਧੁਰ ਤੋਂ ਰੱਖਦਾ ਆਇਆ, ਇਹ ਉਹਦਾ ਮੁੱਢ ਕਤੀਮੀ ਰੱਬ ਦਾ ਸੁਭਾਅ ਹੈ, ਉਹ ਆਪਣੇ ਜਪਣ ਵਾਲੇ ਦੀ ਲਾਜ ਜ਼ਰੂਰ ਰੱਖਦਾ। ਸਾਹਿਬ ਦੀ ਬਾਣੀ ਨੇ ਕਿਹਾ ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਤੇ ਜਦੋਂ ਸਿੱਟਿਆ ਬੰਨ ਕੇ ਸੰਗਲਾਂ ਨਾਲ ਪਾਣੀ ਵਿੱਚ, ਨਦੀ ਦੀਆਂ ਛੱਲਾਂ, ਪਾਣੀ ਇੰਨਾ ਤੇਜ਼ ਹੋਇਆ, ਪਾਣੀ ਦੀਆਂ ਛੱਲਾਂ ਨੇ ਸੰਗਲ ਤੋੜ ਕੇ ਰੱਖ ਦਿੱਤੇ। ਰੌਲਾ ਪੈ ਗਿਆ, ਕਬੀਰ ਸਰੀਰ ਨਹੀਂ, ਕਬੀਰ ਰੱਬ ਹੋ ਗਿਆ, ਹੋਏ ਉਹਨੂੰ ਸੰਗਲਾਂ ਨਾਲ ਬੰਨ ਕੇ ਸੁੱਟਿਆ ਡੁੱਬਿਆ ਨਹੀਂ, ਪਾਣੀ ਨੇ ਸੰਗਲ ਤੋੜ ਕੇ ਰੱਖ ਦਿੱਤੇ। ਦੁਨੀਆਂ ਵਿੱਚ ਪਹਿਲੀ ਵਾਰ ਹੋਇਆ, ਲੋਹਾ ਲੋਹੇ ਨੂੰ ਵੱਢਦਾ ਲੋਕਾਂ ਬਹੁਤ ਵਾਰ ਵੇਖਿਆ ਸੀ, ਪਰ ਪਾਣੀ ਲੋਹੇ ਨੂੰ ਵੱਢਦਾ ਲੋਕਾਂ ਨੇ ਪਹਿਲੀ ਵਾਰ ਵੇਖਿਆ। ਹਜ਼ੂਰ ਨੇ ਬਾਣੀ ਅੰਦਰ ਕਿਹਾ ਕਿ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਜਦੋਂ ਕਿਹਾ ਕਬੀਰ ਬਚ ਗਿਆ, ਸਿਕੰਦਰ ਲੋਧੀ ਨੇ ਕਿਹਾ ਬੰਨ ਕੇ ਹਾਥੀ ਦੇ ਮੋਰੇ ਸੁੱਟ ਦਿਓ। ਸੈਂਕੜੇ ਲੋਕਾਂ ਦੇ ਇਕੱਠ ਵਿੱਚ ਹਾਥੀ ਦੇ ਅੱਗੇ ਸੁੱਟ ਦਿੱਤਾ ਗਿਆ। ਹਾਥੀ ਦੀ ਕੀ ਤਾਕਤ ਸੀ ਬਾਬੇ ਕਬੀਰ ਦੇ ਉੱਤੇ ਪੈਰ ਰੱਖ ਸਕੇ? ਸਾਹਮਣੇ ਖਲੋਤੇ ਜਾਨਵਰ ਹਾਥੀ ਨੂੰ ਵੀ ਇਸ ਗੱਲ ਦੀ ਸੋਝੀ ਪੈ ਗਈ
ਬਾਬੇ ਕਬੀਰ ਦੀ ਨਜ਼ਰ ਪੈਣ ਦੀ ਦੇਰ ਸੀ, ਹਾਥੀ ਨੂੰ ਸੋਝੀ ਪਈ, ਉਹਨੇ ਮੋਹਰਲੇ ਪਹਿਰ ਗੋਡਣੇ ਟੇਕ ਕੇ ਬਾਬੇ ਕਬੀਰ ਨੂੰ ਨਮਸਕਾਰ ਕਰ ਦਿੱਤੀ। ਸਾਧ ਸੰਗਤ ਜਦੋਂ ਨਮਸਕਾਰ ਹਾਥੀ ਨੇ ਕੀਤੀ ਤਾਂ ਪੂਰੀ ਦੁਨੀਆ ਵਿੱਚ ਚਾਰ ਛਪੇਰੇ ਚੁਰਸਤੇ ਵਿੱਚ ਰੌਲਾ ਪੈ ਗਿਆ। ਕਬੀਰ ਹੁਣ ਅਹਿਮ ਵਿਅਕਤੀ ਨਹੀਂ, ਕਬੀਰ ਰੱਬ ਦਾ ਰੂਪ ਹੋ ਗਿਆ। ਸਿਕੰਦਰ ਲੋਧੀ ਨੇ ਉੱਠ ਕੇ ਬਾਬੇ ਕਬੀਰ ਨੂੰ ਨਮਸਕਾਰ ਕੀਤੀ ਤੇ ਬਾਬੇ ਕਬੀਰ ਨੇ ਕਿਹਾ, ਉਹ ਲੋਕੋ ਮੈਨੂੰ ਕਹਿੰਦੇ ਸਨ ਇਹ ਜਾਤ ਜੁਲਾਹਾ ਜਾਤ, ਇਹਨੂੰ ਨਾਮ ਜਪਣ ਦਾ ਅਧਿਕਾਰ ਨਹੀਂ, ਭਾਵੇਂ ਦੁਨੀਆ ਦੇ ਲੋਕ ਮੇਰੀ ਜਾਤ ਨੂੰ ਨੀਵਾਂ ਕਹਿਣ ਸ਼ੁੱਧਰ ਕਹਿਣ, ਪਰ ਮੈਂ ਆਪਣੀ ਜਾਤ ਤੋਂ ਬਲਿਹਾਰ ਜਾਂਦਾ। ਕਿਉਂ? ਜੇ ਮੈਂ ਜੁਲਾਹਿਆਂ ਦੇ ਘਰ ਜਨਮ ਨਾ ਲੈਂਦਾ, ਲੋਕ ਮੈਨੂੰ ਜੁਲਾਹਾ ਕਹਿ ਕੇ ਨਾ ਦੁਰਕਾਰਦੇ, ਅੱਜ ਮੈਨੂੰ ਰੱਬ ਨਹੀਂ ਸੀ ਮਿਲਣ, ਮੈਨੂੰ ਲੋਕਾਂ ਨੇ ਦੁਰਕਾਰਿਆ, ਇਸ ਜਾਤ ਕਰਕੇ ਰੱਬ ਨਾਲ ਪ੍ਰੇਮ ਬਣਿਆ ਤੇ ਰੱਬ ਮਿਲ ਗਿਆ। ਉਹਨਾਂ ਆਪਣੀ ਜਾਤ ਨੂੰ ਕਿਹਾ ਕਿ ਦੁਨੀਆ ਦੇ ਲੋਕ ਹੱਸਦੇ ਨੇ, ਬੇਸ਼ੱਕ ਹੱਸੀ ਜਾਣ, ਪਰ ਮੈਂ ਆਪਣੀ ਜਾਤ ਤੋਂ ਬਲਿਹਾਰ ਜਾਂਦਾ। ਕਿਉਂ? ਜੁਲਾਹਾ ਕਰਕੇ ਲੋਕ ਮੈਨੂੰ ਦੁਰਕਾਰਦੇ ਰਹੇ, ਉਹ ਲੋਕਾਂ ਦਾ ਦੁਰਕਾਰਿਆ ਹੋਇਆ ਅੰਦਰ ਦੀ ਸੁਰਤ ਰੱਬ ਨਾਲ ਜੁੜ ਗਈ। ਸਾਧ ਸੰਗਤ ਫਿਰ ਸਾਹਿਬ ਦੀ ਬਾਣੀ ਪੜੋ। ਬਾਬੇ ਕਬੀਰ ਨੇ ਕਿਹਾ, ਕਬੀਰ ਮੇਰੀ ਜਾਤ ਕਾ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਾ ਜੇ ਜਪਿਓ ਸਿਰਜਣਹਾਰ। ਕਈ ਵਾਰ ਕੀਤਾ ਹੋਇਆ ਤਿਰਸਕਾਰ ਤੁਹਾਨੂੰ ਨਿਰੰਕਾਰ ਨਾਲ ਮਿਲਾ ਸਕਦਾ, ਇਹ ਗੱਲ ਯਾਦ ਰੱਖਿਓ। ਇਹ ਕਦੇ ਹੋ ਹੀ ਨਹੀਂ ਸਕਦਾ ਜ਼ਿੰਦਗੀ ਵਿੱਚ ਉਥਲ ਪੁਥਲ ਦੁੱਖ ਨਾ ਆਉਣ ਤੇ ਬੰਦਾ ਦੁੱਖਾਂ ਤੋਂ ਬਗੈਰ ਰੱਬ ਨਾਲ ਜੁੜ ਜਾਏ। ਰੱਬ ਨਾਲ ਜੁੜਨ ਦਾ ਇੱਕ ਸਾਰਥਕ ਤਰੀਕਾ ਉਹਨਾਂ ਦੇ ਜੀਵਨ ਵਿੱਚ ਰਿਹਾ। ਜਿਨ੍ਹਾਂ ਨੂੰ ਸੰਸਾਰ ਦੇ ਲੋਕਾਂ ਨੇ ਤਿਰਸਕਾਰ ਕੀਤਾ, ਉਹ ਤਿਰਸਕਾਰ ਕਰਕੇ ਜਿਨ੍ਹਾਂ ਦੇ ਅੰਦਰ ਰੱਬ ਦਾ ਪਿਆਰ ਪੈਦਾ ਹੋਇਆ, ਉਹ ਪਿਆਰ ਉਹਨਾਂ ਨੂੰ ਨਿਰੰਕਾਰ ਤੱਕ ਲੈ ਗਿਆ। ਸਾਧ ਸੰਗਤ, ਦੁੱਧ ਤੇ ਦੁੱਧ ਤੋਂ ਦਹੀਂ ਬਣਦਾ, ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ, ਆਪਾਂ ਘਰ ਵਿੱਚ ਰੋਜ਼ ਇਸ ਤਰ੍ਹਾਂ ਇਸਤੇਮਾਲ ਕਰ ਲਿਆ। ਜਿੰਨੀ ਦੇਰ ਦਹੀਂ ਨੂੰ ਮਧਾਣੀ ਦੇ ਤਿੰਨ ਪੌੜ ਚੁੱਕ ਚੁੱਕ ਕੇ 10-20 ਵਾਰ ਇੱਧਰ ਉੱਧਰ ਨਾ ਮਾਰਨ, ਉਨੀ ਦੇਰ ਦਹੀਂ ਦੇ ਵਿੱਚੋਂ ਮੱਖਣ ਪੈਦਾ ਨਹੀਂ ਜੇ ਹੁੰਦਾ। ਦਹੀਂ ਵਿੱਚੋਂ ਮੱਖਣ ਕੱਢਣ ਵਾਸਤੇ ਉਹਨੂੰ ਮਧਾਣੀ ਨਾਲ 3-4-10-20 ਵਾਰ ਇੱਧਰ ਉੱਧਰ ਉਲੱਦਣਾ ਪੈਂਦਾ, ਫਿਰ ਉਹਦੇ ਵਿੱਚੋਂ ਮੱਖਣ ਪ੍ਰਗਟ ਹੁੰਦਾ। ਇਹ ਸੱਚ ਹੈ, ਜੇ ਧਰੂ ਨੂੰ ਉਹਦੀ ਮਤਰੇਈ ਮਾਂ ਰਾਜੇ ਦੀ ਗੋਦ ਵਿੱਚੋਂ ਉਠਾ ਕੇ ਥੱਪੜ ਨਾ ਮਾਰਦੀ, ਅੱਜ ਧਰੂ ਨੇ ਦੁਨੀਆ 'ਤੇ ਰਾਜਾ ਬਣ ਕੇ ਮਰ ਜਾਣਾ ਸੀ, ਭਗਤ ਕਿਸੇ ਨਹੀਂ ਸੀ ਕਹਿਣਾ। ਇੱਕ ਮਾਂ ਨੇ ਦੁਰਕਾਰਿਆ ਅਤੇ ਸਾਧ ਸੰਗਤ ਬਸ ਉਸ ਰੋਸ ਵਿੱਚ ਉਹ ਮਾਂ ਨੇ ਦੁਰਕਾਰਿਆ ਅਤੇ ਧਰੂ ਅੱਜ ਭਗਤ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਰੂ ਦੀ ਬਾਣੀ ਨਹੀਂ, ਪਰ ਪਾਤਸ਼ਾਹ ਨੇ ਜਦੋਂ ਗੱਲ ਭਗਤੀ ਅਤੇ ਨਾਮ ਸਿਮਰਨ ਦੀ ਕਹੀ, ਉਦੋਂ ਧਰੂ ਦਾ ਜ਼ਿਕਰ ਕਰਕੇ ਕਿਹਾ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜੇ ਧਰੂ ਦਾ ਤਿਰਸਕਾਰ ਨਾ ਹੁੰਦਾ, ਉਹਨੇ ਰੱਬ ਦਾ ਰੂਪ ਨਹੀਂ ਸੀ ਬਣਨਾ। ਸੰਸਾਰ ਦਾ ਤਿਰਸਕਾਰ ਅਤੇ ਦੁੱਖ ਜ਼ਰੂਰੀ ਨੇ, ਤਾਂਹੀਓ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਦੁੱਖ ਦਾਰੂ ਸੁੱਖ ਰੋਗ ਪਿਆ। ਦੁੱਖ ਹੀ ਸਾਨੂੰ ਰੱਬ ਵੱਲ ਖਿੱਚ ਕੇ ਲਿਆਉਂਦੇ ਨੇ, ਤਿਰਸਕਾਰ ਹੀ ਬੰਦੇ ਨੂੰ ਨਿਰੰਕਾਰ ਨਾਲ ਜੋੜਦਾ। ਬਸ਼ਰਤ ਜਿਹਦਾ ਤਿਰਸਕਾਰ ਹੋਵੇ ਉਹ ਕਿਸੇ ਨਾਲ ਬਦਲੇ ਦੀ ਭਾਵਨਾ ਨਾ ਰੱਖੇ, ਸੰਸਾਰ ਤਿਰਸਕਾਰ ਕਰੇ ਉਹ ਰੱਬ ਨਾਲ ਪਿਆਰ ਕਰਨ ਲੱਗ ਜਾਏ, ਰੱਬ ਉਹਨੂੰ ਇੰਨਾ ਉੱਚਾ ਕਰ ਦਿੰਦਾ ਕਿ ਕੁੱਲ ਦੁਨੀਆ ਉਹਦੇ ਚਰਨਾਂ ਵਿੱਚ ਝੁਕਣ ਲੱਗ ਜਾਏਗੀ।